ਮੈਂ ਤੇ ਸੋਚ ਨਾ ਪਿਆ ਵਾਂ ਉਹਦੇ ਮਾਮੇ ਬੁਖਾਰੀ ਦੀ ਮਾਂ ਏ ਜਿਹਨੇ ਰੱਬ ਨੂੰ ਆਖਿਆ ਮੇਰੇ ਪੁੱਤਰ ਨੂੰ ਅੱਖਾਂ ਦੇ ਦੇ ਅੱਲਾ ਜਾਣਦਾ ਮੈਂ ਉਹ ਹਾਂ ਮੇਰੀ ਮਾਂ ਨੂੰ ਤੇ ਸਹੀ ਤਰ੍ਹਾਂ ਦੁਆ ਦਾ ਵੀ ਵੱਲ ਨਹੀਂ ਸੀ ਆਉਂਦਾ ਲੇਕਿਨ ਮਾਂ ਦੇ ਟੁੱਟੇ ਫੁੱਟੇ ਅਲਫਾਜ਼ ਜਟਕੇ ਜਾਂ ਲਫ਼ਜ਼ ਉਹਨੂੰ ਇੰਨੇ ਪਸੰਦ ਆਏ ਨੇ ਉਹਨੇ ਤੁਹਾਡੇ ਸਾਹਮਣੇ ਖੜਿਆਂ ਕਰ ਦਿੱਤਾ ਉਹਨੇ ਇੰਨੇ ਮਜਮੇ ਦੇ ਸਾਹਮਣੇ ਖੜਿਆਂ ਕਰ ਦਿੱਤਾ ਜਿੱਥੇ ਜਾਣਾ ਜਿੱਥੇ ਵੀ ਅੱਲਾ ਜੁਮੇ ਦਾ ਮੌਕਾ ਦਿੰਦੇ ਹਜ਼ਾਰਾਂ ਦੇ ਹਿਸਾਬ ਦੇ ਅੱਲਾ ਪਿੱਛੇ ਬੰਦੇ ਭੇਜ ਦਿੰਦੇ ਆਖਰੀ ਮੇਰੀ ਮਾਂ ਦੀ ਜਿਹੜੇ ਮੇਰੇ ਨਾਲ ਆਖਰੀ ਬੋਲ ਸਨ ਮੈਂ ਆਪਦੀ ਮਾਂ ਦੇ ਕੰਨ ਨਾਲ ਮੂੰਹ ਲਾ ਕੇ ਆਖਿਆ ਮੈਂ ਕਿਹਾ ਅੰਮੀ ਜ਼ਿੰਦਗੀ ਮੌਤ ਦਾ ਪਤਾ ਨਹੀਂ ਅਤੇ ਮੇਰੇ ਲਈ ਦੁਆਵਾਂ ਕੌਣ ਕਰੇਗਾ ਆਖਰੀ ਮੈਨੂੰ ਕੋਈ ਦੁਆ ਦੇ ਦਿਓ ਅਤੇ ਮੇਰੀ ਮਾਂ ਦੀ ਪੁੱਤਰ ਮੈਨੂੰ ਦੁਆ ਦਾ ਤਾਂ ਚੱਜ ਨਹੀਂ ਆਉਂਦਾ ਪਰ ਇਹ ਦੁਆ ਦੇਣ ਲੱਗੀ ਹਾਂ ਅੱਲਾ ਤੇਰੀ ਕਿਸੇ ਮੈਦਾਨ 'ਚ ਵੀ ਕੰਡ ਨਾ ਲਾਵੇ ਦੂਸਰੇ ਅਲਫਾਜ਼ ਜਿਹੜੇ ਆਖਰੀ ਅਲਫਾਜ਼ ਜਿਹੜੇ ਮੇਰੀ ਮਾਂ ਦੇ ਮੇਰੇ ਕੰਨਾਂ 'ਚ ਆਏ ਨੇ ਉਸ ਤੋਂ ਬਾਅਦ ਮੇਰੀ ਮਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਦੂਸਰੀ ਦੁਆ ਮੇਰੀ ਮਾਂ ਨੇ ਆਖਿਆ ਅੱਲਾ ਇਹਦੇ 'ਤੇ ਮੈਂ ਰਾਜ਼ੀ ਹਾਂ ਅਤੇ ਤੂੰ ਵੀ ਰਾਜ਼ੀ ਹੋ ਜਾ ਓ ਸ਼ਾਮ ਕੋਟੀਓ ਅੱਲਾ ਦੀ ਗੱਲ ਦੀ ਕਸਮ ਮੇਰਾ ਯਕੀਨ ਹੈ ਕਿ ਦੁਨੀਆਂ 'ਤੇ ਕੰਡ ਨਹੀਂ ਲੱਗ ਸਕਦੀ ਨਾ ਕਿਉਂਕਿ ਮਾਂ ਦੀ ਦੁਆ ਹੈ ਕਿ ਮੈਂ ਰਾਜ਼ੀ ਹਾਂ ਤੂੰ ਵੀ ਰਾਜ਼ੀ ਹੋ ਜਾ ਆਖਰੀ ਅਲਫਾਜ਼ ਮੇਰੀ ਮਾਂ ਦੇ ਅੱਲਾ ਸੋਹਣਿਆ ਮੇਰੀ ਅੰਮੀ ਦੀ ਕਬਰ ਹੱਦੇ ਨੇ ਗਾ ਵਸੀ ਫਰਮਾ ਦੇ ਉੱਚੀ ਆਮੀਨ ਕਹਿ ਦਿਓ ਅਗਰ ਤੁਹਾਡੇ ਵਿੱਚ ਇਸ ਮਜਮੇ ਵਿੱਚ ਅਗਰ ਕੋਈ ਭਾਵੇਂ ਕਿਸੇ ਦੀ ਮਾਂ ਅਨਪੜ੍ਹੀਏ ਨਾ ਕਿਸੇ ਦੀ ਮਾਂ ਨਹੀਂ ਵੀ ਪੜ੍ਹੀ ਨਾ ਇਸ ਮਜਮੇ ਵਿੱਚ ਸਾਰੇ ਮੇਰੇ ਵੱਲੇ ਵੇਖੋ ਜੇ ਕਿਸੇ ਦੀ ਮਾਂ ਨਹੀਂ ਵੀ ਪੜ੍ਹੀ ਨਾ ਕਿਸੇ ਦੀ ਮਾਂ ਉਹਦੇ ਕੋਲ ਨਹੀਂ ਵੀ ਜ਼ਿਆਦਾ ਦੀਨ ਦਾ ਇਲਮ ਹੈ ਇੱਕ ਮਨੇ ਉਹ ਆਲਿਮ ਜਿਹਦਾ ਸਾਨੂੰ ਯਕੀਨ ਹੈ ਬਹੁਤ ਬੜਾ ਆਲਿਮ ਹੈ ਬਾ ਅਮਲ ਹੈ ਅੱਲਾ ਦਾ ਵਲੀਏ ਇੱਕ ਮਨੇ ਉਹ ਹੈ ਨਾ ਉਹਨੂੰ ਕਹਿਣ ਤੋਂ ਪਹਿਲਾਂ ਮਾਂ ਨੂੰ ਕਿਹਾ ਕਰੋ ਅੰਮੀ ਦੁਆ ਕਰ ਦੇ ਇਹ ਮਾਂ ਦੀ ਗਰੰਟੀ ਮੇਰੇ ਪਾਕ ਮੁਹੰਮਦ ਨੇ ਦੇ ਦਿੱਤੀ ਹੈ ਸੱਲੱਲਾ ਅਲੈਹਿ ਸੱਲਮ ਇਮਾਮੇ ਬੁਖਾਰੀ ਦੀ ਮਾਂ ਦੀ ਅੱਲਾ ਅੱਖਾਂ ਨਹੀਂ ਤੇ ਅੱਖਾਂ ਦੇ ਦੇ ਇੱਕ ਦਿਨ ਨਹੀਂ ਦੋ ਦਿਨ ਨਹੀਂ ਦੋ ਸਾਲ ਮੁਸਲਸਲ ਇਮਾਮੇ ਬੁਖਾਰੀ ਦੀ ਮਾਂ ਦੁਆ ਮੰਗਦੀ ਰਹੀ ਇੱਕ ਦਿਨ ਤਹੱਜਦ ਦੇ ਟਾਈਮ ਇਮਾਮੇ ਬੁਖਾਰੀ ਦੀ ਅੰਮੀ ਜਾਨ ਸੋਤੀਆਂ ਸਨ
ਤੇ ਖਾਬ ਅੰਦਰ ਇਬਰਾਹੀਮ ਅਲੈ ਸਲਾਮ ਇਹਨਾਂ ਦੀ ਜ਼ਿਆਰਤ ਹੋਈ ਨਾ। ਉਹਨੇ ਆਖਿਆ ਧੀਏ ਖੜੀਓ ਇਹਨਾਂ ਖੜੀਓ, ਅੱਲਾਹ ਦਾ ਨਬੀ ਇਬਰਾਹੀਮ ਖੜੀਓ ਇਹਨਾਂ, ਉੱਠ ਕੇ ਆਪਣੇ ਪੁੱਤਰ ਨੂੰ ਤੇ ਜਗਾ। ਇਮਾਮੇ ਬੁਖਾਰੀ ਦੀ ਮਾਂ ਖੜੀ ਹੋਈ ਆਪਣੇ ਪੁੱਤਰ ਨੂੰ ਉਠਾਇਆ, ਮੁਹੰਮਦ ਬਿਨ ਇਸਮਾਈਲ ਨੂੰ ਉਠਾਇਆ। ਇਮਾਮੇ ਬੁਖਾਰੀ ਖੜੇ ਹੋਏ, 2 ਸਾਲ ਦੇ ਬੱਚੇ ਸਨ, ਜਿਵੇਂ ਬੱਚਾ ਅੱਖਾਂ ਮਲਦਾ ਮਲਦਾ ਖੜਾ ਹੁੰਦਾ। ਇਮਾਮੇ ਬੁਖਾਰੀ ਅੱਖਾਂ ਮਲਦੇ ਮਲਦੇ ਖੜੇ ਹੋਏ ਤੇ ਮਾਂ ਨੂੰ ਵੇਖਣ ਲੱਗ ਪਏ, ਤੇ ਮਾਂ ਪੁੱਤਰ ਨੂੰ ਵੇਖਣ ਲੱਗ ਪਈ। ਓਏ ਮਾਂ ਜੇ ਦੁਆ ਚੱਲ ਮੰਗੇ ਤੇ ਕਸਮੇ ਅੱਖਾਂ ਵੀ ਮਿਲ ਜਾਂਦੀਆਂ ਨੇ। ਐਸ ਮਜਮੇ ਅੰਦਰ ਜਿਹੜੇ ਰਾਤ ਨੂੰ ਆਪਦੀ ਮਾਂ ਦੇ ਪੈਰ ਦਬਾ ਕੇ ਸੌਂਦੇ ਨੇ, ਐਸ ਮਜਮੇ ਅੰਦਰ ਜਿਹੜੇ ਐ ਖਾਣੇ ਵਗੈਰਾ ਬੀਵੀ ਬੱਚਿਆਂ ਤੋਂ ਪਹਿਲਾਂ ਮਾਂ ਨੂੰ ਖਿਲਾਉਂਦੇ ਨੇ, ਐਸ ਮਜਮੇ ਅੰਦਰ ਜਿਹੜੇ ਕੱਪੜੇ ਆਪਦੀ ਬੀਵੀ ਬੱਚਿਆਂ ਤੋਂ ਪਹਿਲਾਂ ਮਾਂ ਨੂੰ ਲੈ ਕੇ ਦਿੰਦੇ ਨੇ, ਜਿਹੜੇ ਮਾਂ ਦੇ ਪੈਰ ਦਬਾਉਂਦੇ ਨੇ, ਜਿਨ੍ਹਾਂ 'ਤੇ ਮਾਂ ਰਾਜ਼ੀ ਹੈ ਉਹਨਾਂ ਨੂੰ ਮੈਂ ਮੁਬਾਰਕ ਵੀ ਦੇਣਾ, ਅਤੇ ਨਾਲੇ ਉਹਨਾਂ ਕੋਲੋਂ ਮੈਂ ਦੁਆ ਕਰਾਉਣ ਲੱਗਾ ਵਾਂ। ਜ਼ਰੂਰ ਆਮੀਨ ਕਹਿ ਦੇਣ। ਅੱਲਾਹ ਐਸ ਮਜਮੇ ਅੰਦਰ ਜਿਨ੍ਹਾਂ ਦੀਆਂ ਵੀ ਮਾਵਾਂ ਫੌਤ ਹੋ ਗਈਆਂ ਨੇ ਮੁਆਫ ਫਰਮਾ ਦੇ। ਫਿਰ ਆਮੀਨ ਕਹਿ ਦਿਓ। ਮਾਂ ਦਾ ਫਰਮਾ ਬਰਦਾਰ, ਮਾਂ ਦੀ ਸ਼ਾਨ ਆ, ਮਾਂ ਦੀ ਅਜ਼ਮਤ ਆ, ਮਾਂ ਦਾ ਫਰਮਾ ਬਰਦਾਰ ਭਾਵੇਂ ਆਲਿਮ ਨਾ ਵੀ ਹੋਏ ਨਾ। ਐ ਤੁਹਾਡੇ ਵਰਗਾ ਜੱਟ ਜ਼ਿਮੀਂਦਾਰ ਦੁਕਾਨਦਾਰ ਹੋਏ ਨਾ, ਅੱਲਾ ਨੇ ਤੇ ਹਾਫਜ਼ ਹਾਰੂਨ ਦਾ ਦਿਲ ਹੀ ਬੜਾ ਫਰਾਖ ਬਣਾਇਆ। ਮੈਂ ਕਦੀ ਕਿਸੇ 'ਤੇ ਫਤਵਾ ਨਹੀਂ ਠੋਕਿਆ ਨਾ, ਉਹ ਨਹੀਂ ਪੜਿਆ, ਉਹਨੂੰ ਕੁਛ ਨਹੀਂ ਆਉਂਦਾ, ਉਹਨੂੰ ਕੁਛ ਨਹੀਂ ਆਉਂਦਾ। ਮੈਨੂੰ ਤਾਂ ਆਪਣਾ ਪਤਾ ਕਿ ਮੈਨੂੰ ਕੁਛ ਨਹੀਂ ਆਉਂਦਾ। ਤੁਸੀਂ ਸਾਰੇ ਮੈਥੋਂ ਚੰਗੇ ਹੋ, ਨੇਕ ਹੋ, ਸਾਰੇ ਮੈਥੋਂ ਚੰਗੇ ਹੋ। ਓਏ ਸੁਣ ਲਓ ਧਿਆਨ ਦੇ ਨਾਲ, ਐਸ ਮਜਮੇ ਵਿੱਚੋਂ ਜਿਹੜਾ ਵੀ ਮਾਂ ਦਾ ਫਰਮਾ ਬਰਦਾਰ ਏ ਉਹਦੀ ਗਰੰਟੀ ਮੇਰੇ ਪਾਕ ਮੁਹੰਮਦ ਦੀ ਏ ਸੱਲੱਲਾਹੁ ਅਲੈਹਿ ਵਸੱਲਮ। ਸਰਕਾਰ ਬੈਠੇ ਬੈਠੇ ਸੁਣ ਗੱਲ, ਤੇਰਾ ਸੀਨਾ ਠਰ ਜਾਏਗਾ। ਆ ਫਰਮਾਨ ਲੱਗੇ ਮੇਰੇ ਸਿਹਾਬੀਓ, ਮੇਰੇ ਯਾਰੋ ਸੁਣ ਲਓ, ਐ ਤੁਹਾਡੇ ਵਿੱਚੋਂ ਐਸ ਮੇਰੇ ਯਾਰਾਂ ਵਿੱਚੋਂ ਜੇ ਕਿਸੇ ਦੀ ਮੁਲਾਕਾਤ ਹੋਏ ਨਾ ਤੁਹਾਡੇ ਵਿੱਚੋਂ, ਐ ਤੁਹਾਡੇ ਵਿੱਚੋਂ, ਐ ਤੁਹਾਡੇ ਵਿੱਚੋਂ ਕਿਸੇ ਦੀ ਮੁਲਾਕਾਤ ਹੋਏ ਨਾ, ਇੱਕ ਅਵੈਸ ਕਰਨੀ ਨਾਂ ਦਾ ਨੌਜਵਾਨ ਏ, ਐ ਤੁਹਾਡੇ ਵਿੱਚੋਂ, ਐ ਤੁਹਾਡੇ ਵਿੱਚੋਂ ਆਉਂਦੇ ਕੌਣ ਭੈਣੇ ਜਿਹਦੇ ਸੀਨੇ 'ਤੇ ਜਬਰੀਲ ਬਾਰ ਬਾਰ ਰਹਿਮਤ ਦੀ ਪਰਵਾਜ਼ ਲੈ ਕੇ ਨਾਜ਼ਲ ਹੁੰਦਾ। ਲਫਜ਼ਾਂ 'ਤੇ ਗੌਰ ਕਰਨਾ, ਮਾਂ ਦੀ ਸ਼ਾਨ ਦੱਸਦੇ ਹਾਂ।
ਆਉਂਦੇ ਕੌਣ ਪੈਣੇ ਨਬੀਆਂ ਦੇ ਇਮਾਮ ਨੇ, ਆਉਂਦੇ ਕੌਣ ਪੈਣੇ ਜਿਹਦੇ ਸੀਨਾ ਪਾਗ ਤੇ ਐ ਕੁਰਾਨ ਦੇ 30 ਸਪਾਰੇ ਨਾਜ਼ਲ ਹੋਏ ਨੇ, ਆਉਂਦੇ ਕੌਣ ਪੈਣੇ ਜਿਹਦੀਆਂ ਜ਼ੁਲਫਾਂ ਦੀਆਂ ਅੱਲਾ ਕਸਮਾਂ ਖਾ ਰਹੇ ਨੇ, ਆਉਂਦੇ ਕੌਣ ਪੈਣੇ ਜਿਹਦੇ ਜਿੱਥੇ ਪੈਰ ਲੱਗਣ ਅੱਲਾ ਉਸ ਥਾਂ ਦੀਆਂ ਕਸਮਾਂ ਖਾ ਰਹੇ ਨੇ, ਆਉਂਦੇ ਕਿਹਨਾਂ ਨੂੰ ਪੈਣੇ ਰਜ਼ੀ ਅੱਲਾਹੁ ਅਨਹੁਮ ਵਾਰਾਜ਼ੂ ਅਨਹੁ ਜੰਨਤੀ ਜਮਾਤ ਨੂੰ ਕਹਿ ਰਹੇ ਨੇ, ਆ ਫਰਮਾਨ ਨੇ ਤੁਹਾਡੇ ਵਿੱਚੋਂ ਕਿਸੇ ਮੁਕਾਮ ਤੇ ਕਿਸੇ ਜਗ੍ਹਾ ਤੇ ਜਦੋਂ ਵੀ ਮੁਲਾਕਾਤ ਹੋ ਜਾਏ, ਇੱਕ ਆਵੈਸ ਨਾਮੀ ਨੌਜਵਾਨ ਇੱਕ ਆਵੈਸ ਕਰਨੀ ਬੰਦਾ ਓਏ ਜਿੱਥੇ ਵੀ ਮਿਲ ਜਾਏ ਛੇਤੀ ਕਰਨਾ, ਉਹਦੇ ਕੋਲੋਂ ਦੁਆ ਕਰਾਨਾ, ਲਾਉਂਦੇ ਉੱਠੇ ਹੱਥ ਖਾਲੀ ਮੋੜਦਾ ਹੀ ਕੋਈ ਨਹੀਂ। ਓਏ ਅੱਲਾ ਦੇ ਨਬੀਆਂ ਦੇ ਪੈਣੇ ਆਵੈਸ ਕਰਨੀ ਕੋਲੋਂ ਦੁਆ ਕਰਾਨਾ, ਟੈਮ ਲੰਘਦਾ ਗਿਆ ਜਨਾਬੇ ਫਾਰੂਕ ਆਜ਼ਮ ਸਾਰੇ ਉੱਚੀ ਕਹੋ ਰਜ਼ੀ ਅੱਲਾਹ ਤਾਲਾ, ਬਾਹਰ ਵਾਲੇ ਵੀ ਉੱਚੀ ਕਹੋ ਰਜ਼ੀ ਅੱਲਾਹ ਤਾਲਾ ਨੋ। ਹੁਕਮਰਾਨ ਬਣੇ ਬੈਤੁੱਲਾ ਗਏ ਬੈਤੁੱਲਾ, ਅੱਲਾ ਤੁਹਾਨੂੰ ਤੇ ਮੈਨੂੰ ਲਜਾਏ ਉੱਚੀ ਆਮੀਨ ਆਖੋ, ਇੱਕ ਵਾਰੀ ਉੱਚੀ ਆਮੀਨ ਆਖੋ ਤਾਂ ਕਿ ਅੱਲਾ ਰਾਜ਼ੀ ਵੀ ਹੋ ਜਾ ਤੇ ਲੈ ਵੀ ਜਾ, ਉੱਚੀ ਆਮੀਨ ਆਖੋ। ਜਨਾਬੇ ਫਾਰੂਕ ਆਦਮ ਬੈਤੁੱਲਾ ਦਾ ਤਵਾਫ ਕਰਕੇ ਇੰਜ ਕਰਕੇ ਮੁਕਾਮ ਇਬਰਾਹੀਮ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਟੇਕ ਲਗਾ ਕੇ ਬੈਠੇ ਸਨ 15-20 ਨੌਜਵਾਨ ਬਜ਼ੁਰਗ, 15-20 ਬੰਦੇ ਇਕੱਠੇ ਹੋ ਕੇ ਆਏ ਨਾ, ਆ ਕੇ ਕਿਸੇ ਬੰਦੇ ਕੋਲੋਂ ਪੁੱਛਿਆ, ਕਹਿਣ ਲੱਗੇ ਓਏ ਵੀਰ ਅਸੀਂ ਤੁਹਾਡੇ ਹੁਕਮਰਾਨ ਨੂੰ ਮਿਲਣਾ ਚਾਹੁੰਦੇ ਹਾਂ, ਇਹ ਤੁਹਾਡਾ ਹੁਕਮਰਾਨ, ਅਸਾਂ ਸੁਣਿਆ ਕਿ ਉਹ ਵੀ ਬੈਤੁੱਲਾ ਅੰਦਰ ਆਇਆ। ਉਹਨੇ ਆਖਿਆ ਉਹ ਕਾਫਲੇ ਵਾਲਿਓ, ਉਹ ਸਾਹਮਣੇ ਟੇਕ ਲਗਾ ਕੇ ਬੈਠਾ, ਟੇਕ ਲਗਾ ਕੇ ਇਹ ਸਾਡੇ 22 ਲੱਖ ਮੁਰੱਬਾ ਮੀਲ ਦਾ ਹੁਕਮਰਾਨ ਮਰੇ, ਇਹ 15-20 ਬੰਦੇ ਕੋਲ ਆਏ, ਆ ਕੇ ਸਲਾਮ ਅਰਜ਼ ਕੀਤਾ, ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਮੁਲਾਕਾਤ ਤੋਂ ਬਾਅਦ। ਫਾਰੂਕ ਆਜ਼ਮ ਕਹਿਣ ਲੱਗੇ ਕਿੱਥੋਂ ਆਏ ਹੋ? ਇਹ ਕਹਿਣ ਲੱਗੇ ਹਜ਼ਰਤ ਯਮਨ ਚੋਂ ਆਏ ਹਾਂ, ਯਮਨ ਚੋਂ ਆਏ ਹਾਂ। ਜਨਾਬੇ ਫਾਰੂਕ ਆਜ਼ਮ ਕਹਿਣ ਲੱਗੇ ਓ ਯਮਨੀਓ, ਤੁਹਾਡੇ ਇਲਾਕੇ ਅੰਦਰ ਇਰਦਾ ਗਿਰਦ ਕਿਤੇ ਆਸੇ ਪਾਸੇ ਇੱਕ ਅਵੈਸ ਨਾਮੀ ਬੰਦਾ ਰਹਿੰਦਾ ਹੋਏ, ਅਵੈਸ ਨਾ ਯਾਦ ਕਰ ਲਓ, ਅਵੈਸ ਨਾਮੀ ਬੰਦਾ ਰਹਿੰਦਾ ਹੋਏ, ਅਵੈਸ ਕਰਨੀ ਨਾਂ ਦਾ ਬੰਦਾ, ਉਹ ਇੱਕ ਦੂਜੇ ਨੂੰ ਵੇਖਦਾ, ਦੂਜਾ ਤੀਜੇ ਚੌਥੇ ਨੂੰ, ਏਡਾ ਵੱਡਾ ਲੀਡਰ ਤੇ ਇਹਦਾ ਨਾਂ ਸੁਣ ਕੇ ਤੇ ਕੈਸਰੋ ਕਿਸਰਾ ਦਿਨ ਮਹੱਲਾ ਚ ਜ਼ਲਜ਼ਲਾ ਆ ਜਾਂਦਾ, ਇਹਨੂੰ ਕਿੰਨੇ ਦੱਸਿਆ ਅਵੈਸ ਦਾ ਨਾਮ, ਓਏ ਮਾਂ ਦੇ ਫਰਮਾ ਬਰਦਾਰ ਦਾ ਨਾਮ ਅੱਲਾ ਵੱਡਿਆਂ ਵੱਡਿਆਂ ਦੇ ਦਿਲ ਚ ਪਾ ਦਿੰਦਾ, ਓਏ ਮਾਂ ਦੇ ਫਰਮਾ ਬਰਦਾਰ ਦਾ ਇਹਤਰਾਮ ਅੱਲਾ ਵੱਡਿਆਂ ਵੱਡਿਆਂ ਦੇ ਦਿਲ ਚ ਪਾ ਦਿੰਦਾ, ਓਏ ਮਾਂ ਦੇ ਫਰਮਾ ਬਰਦਾਰ, ਓਏ ਮਾਂ ਦੇ
ਤਾਬਿਆਦਾਰ ਦਾ ਨਾਮ ਅੱਲਾਹ ਦੇ ਨਬੀਆਂ ਦੀ ਜ਼ੁਬਾਨ ਚੋਂ ਕਢਾ ਦਿੰਦਾ। ਓਏ ਮਾਂ ਦੇ ਤਾਬਿਆਦਾਰ, ਅੱਲਾਹ ਦੀ ਕਸਮ, ਅੱਲਾਹ ਵਕਤ ਦੇ ਹੁਕਮਰਾਨ ਪਿੱਛੇ ਤੋਰ ਦਿੰਦਾ। ਮਾਂ ਦੇ ਤਾਬਿਆਦਾਰ ਉਹਨਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਹੈਰਾਨ। ਏਡਾ ਵੱਡਾ ਹੁਕਮਰਾਨ, ਏਡਾ ਵੱਡਾ ਹੁਕਮਰਾਨ ਸਾਡੇ ਕੰਮੀ ਦਾ ਨਾਂ ਪੁੱਛਦਾ ਬੇਨ, ਸਾਡੇ ਕੰਮੀ ਦਾ ਮਾੜੇ ਦਾ ਨਾਂ ਪੁੱਛਦੇ, ਆਖਿਆ ਹਾਂ ਰਹਿੰਦਾ। ਇੱਕ ਬਾਬਾ ਜਿਹਾ ਵੱਡੀ ਜੀ ਉਮਰ ਦਾ ਹੁੰਦਾ, ਹਾਂ ਜੀ ਹੈ ਵੇ, ਆਖਿਆ ਕਿੱਥੇ, ਉਹਨੇ ਕਿਹਾ ਠਹਿਰੋ ਅਸੀਂ ਹੋਣੇ ਮਿਲਾ ਦੇਨੇ ਆ, ਆਖਿਆ ਨਹੀਂ ਠਹਿਰ ਜਾਓ, ਠਹਿਰ ਜਾਓ ਦੱਸੋ ਹੈ ਕਿੱਥੇ। ਉਹਨਾਂ ਆਖਿਆ ਉਹ ਮੱਕੇ ਤੋਂ ਬਾਅਦ ਉਹ ਸਾਡੇ ਸਾਡੇ ਸਾਰਿਆਂ ਦੇ ਊਠ ਸਾਡਾ ਮਾਲ ਪਿਆ ਚਰਾਉਂਦੇ, ਅਸੀਂ ਮਾੜਾ ਸਮਝ ਕੇ, ਅਸੀਂ ਗਰੀਬ ਤੇ ਕੰਮੀ ਸਮਝ ਕੇ ਬਾਹਰ ਛੱਡ ਕੇ ਆਏ ਹਾਂ, ਅਸੀਂ ਮਾੜਾ ਸਮਝ ਕੇ ਮਾਲ ਕੋਲ ਛੱਡ ਕੇ ਆਏ ਹਾਂ, ਸਾਡੇ ਊਠਾਂ ਦਾ ਖਿਆਲ ਰੱਖ। ਫਾਰੂਕ ਆਜ਼ਮ ਦੀਆਂ ਅੱਖਾਂ 'ਚ ਪਾਣੀ ਆ ਗਏ, ਆਖਿਆ ਠਹਿਰ ਜਾਓ ਠਹਿਰ ਜਾਓ, ਉਹਦੇ ਵੱਲੇ ਕੋਈ ਨਾ ਬੰਦਾ ਜਾਏ, ਨਹੀਂ ਲੈ ਕੇ ਆਉਣਾ, ਨਹੀਂ ਲੈ ਕੇ ਆਉਣਾ, ਮੈਂ ਚੱਲ ਕੇ ਜਾਣਾ। ਕਹੋ ਸੁਭਾਨ ਅੱਲਾਹ। ਇਹਨਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ, ਸਾਡੇ 2.5 ਲੱਖ ਮੁਰੱਬਾ ਮੀਲ ਦਾ ਹੁਕਮਰਾਨ ਤੇ ਕੰਮੀ ਵੱਲੇ ਟੁਰ ਪਏ। ਇਹ ਤੇ ਤੁਹਾਨੂੰ ਪਤਾ ਨਾ, ਕਈਆਂ ਕੋਲੋਂ ਨਹੀਂ ਬਰਦਾਸ਼ਤ ਹੁੰਦਾ, ਇਹਨਾਂ ਕੋਲੋਂ ਵੀ ਨਾ ਬਰਦਾਸ਼ਤ ਹੋਇਆ ਕਿਸੇ ਮਾੜੇ ਦੇ ਪੁੱਤਰ ਨੂੰ ਸ਼ਾਨ ਮਿਲ ਜਾ, ਵੱਡਿਆਂ ਦੇ ਢਿੱਡ ਫਟ ਜਾਂਦੇ ਨੇ, ਇਹ ਕੀ ਬਣ ਗਿਆ, ਇਹਨਾਂ ਦੇ ਪੈਰ ਹਿੱਲ ਗਏ। ਅਸੀਂ ਸਰਦਾਰ ਹਾਂ, ਅਸੀਂ ਚੌਧਰੀ ਹਾਂ, ਅਸੀਂ ਨੰਬਰਦਾਰ ਹਾਂ, ਇਹ ਹੁਕਮਰਾਨ ਹੋ ਕੇ ਕੰਮੀ ਦਾ ਨਾਂ ਪਿਆ ਪੁੱਛਦੇ, ਆਖਣ ਲੱਗਿਆ ਜੀ ਤੁਸੀਂ ਜਾਣਾ ਚਾਹੁੰਦੇ ਹੋ, ਅਸੀਂ ਨਾਲ ਚੱਲਨੇ ਹਾਂ, ਨਾਲ ਲਿਆਂਦਾ ਨਾਲ ਲਿਆਂਦਾ, ਅਵੈਸ ਕਰਨੀ ਊਠ ਪਿਆ ਚਰਾਉਂਦਾ। ਫਾਰੂਕ ਆਜ਼ਮ ਗਏ ਵੇਖਿਆ ਅਵੈਸ ਕਰਨੀ, ਆ ਫਰਮਾਨ ਲੱਗੇ ਮਸ ਮੌਕਾ ਮਸ ਮੌਕਾ, ਓਏ ਊਠ ਚਰਾਉਣ ਵਾਲਿਆ ਮਸ ਮੌਕਾ ਨਾ ਕੀਓ, ਇਹਨੇ ਵੇਖਿਆ ਤੂੰ ਕੌਣ ਨਾ ਪੁੱਛਣ ਵਾਲਾ, ਆਖਿਆ ਮਸ ਮੌਕਾ, ਉਹਨੇ ਆਖਿਆ ਅਵੈਸ ਇਸਮੀ ਅਵੈਸ ਇਸਮੀ ਅਵੈਸ, ਮੇਰਾ ਨਾਂ ਅਵੈਸ ਕਰਨੀ, ਆਖਿਓ ਅਵੈਸ ਕਰਨੀ ਇਜਾਜ਼ਤਾਂ ਹੋਣ, ਐ ਤੇਰੇ ਮੋਢੇ ਵੇਖਣਾ ਚਾਹੁੰਦਾ ਇਜਾਜ਼ਤਾਂ ਹੋਣ, ਐ ਕੱਪੜਾ ਤੇ ਪਰੇ ਹਟਾ ਇਜਾਜ਼ਤਾਂ ਹੋਣ, ਐ ਦੋਵੇਂ ਕੰਧੇ ਵੇਖਣਾ ਚਾਹੁੰਦਾ ਅਵੈਸ ਕਰਨੀ, ਅੱਖਾਂ ਚੁੱਕੀਆਂ ਗੁੱਸੇ ਦੇ ਨਾਲ, ਇਹ ਕੌਣ ਮੇਰੇ ਮੋਢੇ ਵੇਖਣ ਵਾਲਾ ਹੈ ਕੌਣ, ਇਹ ਕੌਣ ਬਗੈਰ ਕਿਸੇ ਵੇਖਣ ਤੋਂ ਬਗੈਰ ਕਿਸੇ ਤਾਰਫ ਤੋਂ ਆਉਂਦਾ ਮੋਢੇ ਵਖਾ ਹੈ ਕੌਣ, ਇਹਨੇ ਗੁੱਸੇ ਨਾਲ ਵੇਖਿਆ ਨਾਲ ਆਉਂਦਾ ਤੂੰ ਕੌਣ ਤਿਤਰਾ ਨਾ ਕੀ। ਓਏ ਸੁਣ ਲਓ ਸੁਣ ਲਓ, ਸਾਡੇ 2.5 ਲੱਖ ਮੁਰੱਬਾ ਮੀਲ ਦਾ ਹੁਕਮਰਾਨ ਤੇ ਮੁਸਕਰਾ ਕੇ ਆਉਂਦਾ ਵੈਸ, ਮੇਰਾ ਨਾਂ ਮੇਰੀ ਮਾਂ ਨੇ ਉਮਰ ਰੱਖਿਆ ਏ, ਸਾਡੇ ਵਰਗਾ ਆਉਂਦਾ ਛੇਤੀ ਨਾਲ ਹੀ ਕਾੜ ਕੱਢ ਕੇ ਆਉਂਦਾ, ਆ ਤੈਨੂੰ ਪਤਾ ਲੱਗ ਜਾਏਗਾ ਮੈਂ ਕੌਣ ਆ, ਨਹੀਂ ਆਖਿਆ ਮੇਰਾ ਨਾਂ ਮੇਰੀ ਮਾਂ ਨੇ ਉਮਰ ਰੱਖੀ ਹੈ। ਨਾਲ ਦੇ ਸਾਥੀ ਬੋਲ ਕੇ ਕਹਿਣ ਲੱਗੇ ਆਉਂਦੇ ਨੇ ਅਵੈਸ ਕਰਨੀ ਐਸੀ ਵੈਸੀ ਗੱਲ ਨਾ ਕਰ ਬਈ, ਸਾਡੇ 2.5 ਲੱਖ ਮੁਰੱਬਾ ਮੀਲ ਦਾ ਹੁਕਮਰਾਨ
ਅਵੈਸ ਕਰਨੀ ਤੇ ਰੋਬ ਧਾਰੀ ਹੋ ਗਿਆ ਛੇਤੀ ਨਾਲ, ਛੇਤੀ ਨਾਲ ਕੁਰਤਾ ਪਿੱਛੇ ਹਟਾਉਂਦਾ, ਕਿਉਂਕਿ ਸਿਹਾਬਾ ਨੇ ਪੁੱਛਿਆ ਸੀ ਸੋਹਣਿਆ ਅਵੈਸ ਨਾ ਦੇ ਤਾਂ ਬੜੇ ਬੰਦੇ ਹੋਣਗੇ, ਅਵੈਸ ਨਾ ਦੇ ਬੜੇ ਬੰਦੇ ਹੋਣਗੇ, ਕਿਆ ਕਿਵੇਂ ਪਹਿਚਾਣਾਂਗੇ ਕਿ ਆਹ ਅਵੈਸ ਕਰਨੀ ਜਿਹਦੇ ਕੋਲੋਂ ਦੁਆ ਕਰਾਉਣੀ। ਸਰਕਾਰ ਆਖਿਆ ਸੀ ਉਹਦੇ ਮੋਢਿਆਂ 'ਤੇ ਕੱਪੜਾ ਛੇਤੀ ਨਾਲ ਹੀ ਹਟਾਉਣਾ, ਉਹਦੇ ਮੋਢਿਆਂ 'ਚ ਇੱਕ ਠੱਪਾ ਲੱਗਾ ਹੋਏਗਾ, ਇੱਕ ਮੋਹਰ ਲੱਗੀ ਹੋ ਜਿਵੇਂ ਫੁੱਲ ਬੈਰੀ ਆਉਂਦੀ, ਇਹ ਜਿੱਡਾ ਕੋ ਦਿਨਾਰ ਆਉਂਦਾ ਦਿਰਮ ਆਉਂਦਾ, ਏਡਾ ਕੋ ਨਿਸ਼ਾਨ ਲੱਗਾ ਹੋਏਗਾ ਕੰਡਿਆਂ ਉਹਦੇ ਕੰਧਿਆਂ 'ਤੇ ਮੋਢਿਆਂ ਦੇ ਦਰਮਿਆਨ 'ਚ। ਅਵੈਸ ਕਰਨੀ ਕੁਰਤਾ ਹਟਾਇਆ ਅਤੇ ਅਮੀਰੁਲ ਮੁਮਿਨੀ ਰੋ ਪੈ, ਵੇਖਿਆ ਨਿਸ਼ਾਨ ਲੱਗਾ ਉਹ ਠੱਪਾ ਲੱਗਾ ਜਿਵੇਂ ਮੇਰੇ ਪਾਕ ਮੁਹੰਮਦ ਨੇ ਦੱਸਿਆ, ਉੱਥੇ ਖੜੇ ਹੱਥ ਬੰਨ ਕੇ ਕਹਿਣ ਲੱਗੇ ਅਲਹਮਦੁਲਿਲਾ ਅੱਲਾ ਤੇਰਾ ਸ਼ੁਕਰ ਏ ਕਿ ਮਾਂ ਦਾ ਤਾਬਿਆਦਾਰ ਲੱਭ ਗਿਆ ਏ। ਕਹਿਣ ਲੱਗੇ ਅਵੈਸ ਕਰਨੀ ਦੁਆ ਤੇ ਕਰ, ਮੇਰੇ ਵਾਸਤੇ ਦੁਆ ਮੰਗ। ਅਵੈਸਾਂ ਦਾ ਹਜ਼ਰਤ ਤੁਸੀਂ ਦੁਆ ਕਰੋ, ਮੈਂ ਆਵਾਂ ਜਿਹਨੇ ਪਾਕ ਮੁਹੰਮਦ ਨੂੰ ਵੇਖਿਆ ਵੀ ਨਹੀਂ। ਮੈਨੂੰ ਜਦੋਂ ਚੇਤੇ ਆਉਂਦਾ ਰੋਣ ਆ ਜਾਂਦਾ, ਤੁਸੀਂ ਉਹ ਖੁਸ਼ਕਿਸਮਤ ਲੋਗੋ ਜਿਨ੍ਹਾਂ ਪਾਕ ਮੁਹੰਮਦ ਪਿੱਛੇ ਜੁਮੇ ਪੜੇ। ਮੈਂ ਜੁਮਾ ਪੜਨਾ ਤੇ ਦਰ ਕਿਨਾਰ, ਮੈਂ ਤੇ ਸਰਕਾਰ ਨੂੰ ਦੂਰੋਂ ਵੀ ਨਹੀਂ ਵੇਖੇ।